ਅੱਛਾ ਬਾਹਰ ਨੂੰ ਖੁੱਲਦਾ ਉਹ ਵੱਲੇ ਉਹ ਤੇਰੀ ਤੂੰ ਦਰਸ਼ਨ ਪਹਿਲਾਂ ਦਿੱਤੇ ਹੋਏ ਬਾਂਦਰੀਏ ਜੀ ਇਹਨਾਂ ਤੋਂ ਪਿੱਛੇ ਹੀ ਰੜਦੇ ਥਲਾ ਪਿੱਛੇ ਪੈ ਜੀ गुड मॉर्निंग सही है यार कुत्ता पलिया होया बांदर क्या बात है बस लट गया लै दस यार तू मेरा बाहर जाना रोकता और पानी पी लगा रोटियां दे दी रोटियां पई चकला चकला भज गया और नहीं है हुण कुछ यही सीगा अज कपड़े बदले जाणगे देखिया ता ही असि आ चीजा च रहने हैं सिर्फ टी शर्ट बदल ली दिया लै भी गुड मॉर्निंग एक बार फिर पहला मैं वीडियो बनाने लगी तो बंदर आ गए थे इस करके मंदिर चले गया और मैं क्या मेरा फोन खो के लै गया मैं कितने इतने दरख्तों से भजदा फिरूंगा टपदा फिरूंगा फिलहाल इतने देखता कोई नहीं रहा बैठा चलो ठीक है बहुत वधिया गल होगी तो असी है इस टाइम पटनी टॉप यार यदा पटनी टॉप ना कि रखा हो ओए ਇਹਦਾ ਪਤਨੀ ਟੋਪ ਨਾ ਕਿਹਨੇ ਰੱਖਿਆ ਕਿਹਦੀ ਪਤਨੀ ਟੋਪ ਤੇ ਇੱਥੇ ਅੱਛਾ ਗੋਰਿਆਂ ਨੇ ਬਣਾਇਆ ਹੈ ਅੱਛਾ ਠੀਕ ਹੈ ਯਾਰ ਮੈਨੂੰ ਨਹੀਂ ਪਤਾ ਜੀ ਮੈਂ ਪਹਿਲੀ ਵਾਰ ਇੱਥੇ ਵਿਜ਼ਿਟ ਕੀਤਾ ਵੈਸੇ ਅਤੇ ਰਾਤ ਵੈਸੇ ਬਾਹਲੀ ਹੋ ਗਈ ਸੀ ਮੈਨੂੰ ਲੱਗਦਾ 10 ਕੁ ਵੱਜ ਹੀ ਗਏ ਸੀਗੇ ਸਾਨੂੰ ਇੱਥੇ ਨਾ ਬਾਏ ਸੜਕ ਦੇ ਉੱਤੇ ਜਿੱਦਾਂ ਜਿਹੜੀ ਇਹਨਾਂ ਦੀ ਮਾਰਕੀਟ ਤਾਂ ਵੈਸੇ ਹੈ ਨਹੀਂ ਰਾਤ ਉੱਤੇ ਸਾਨੂੰ ਇੱਕ ਬੰਦੇ ਨੇ ਦੱਸਿਆ ਕਹਿੰਦਾ ਇੱਥੇ ਮਾਰਕੀਟ ਵੈਸੇ ਹੈ ਨਹੀਂ ਗੀ ਬਸ ਉੱਦਾਂ ਹੀ ਆ ਵਿਊ ਜੀ ਦੇਖੋ ਆਪਣੇ ਇਹ ਕਿਤੇ ਪਾਰਕ ਜਿਹਾ ਨੇੜੇ ਉਹ ਦੇਖਦੇ ਹਾਂ ਕੀ ਹੈਗਾ ਹਿਸਾਬ ਕਿਤਾਬ ਰਾਤ ਤਾਂ ਕੁਝ ਦੇਖਿਆ ਨਹੀਂ ਇਸ ਕਰਕੇ ਮੈਂ ਰਾਤ ਵੀਡੀਓ ਵਿੱਚ ਕਿਹਦੀ ਬੰਦ ਕਰਤੀ ਸੀ ਮੈਂ ਕਿਹਾ ਹੁਣ ਤਾਂ ਕੋਈ ਫਾਇਦਾ ਨਹੀਂ ਮੈਂ ਦੇਖਣਾ ਨਾ ਕੁਛ ਸਿੱਧਾ ਆ ਕੇ ਲੇਟੇ ਹਾਂ ਰੋਟੀ ਖਾਧੀ ਅਤੇ ਸੌਂ ਹੋਰ ਕੁਛ ਨਹੀਂ ਕੀਤਾ ਟਾਈਮ ਵੀ ਬਾਹਲਾ ਹੋ ਗਿਆ ਸੀ ਸਾਰ ਇੱਥੇ ਕੋਈ ਨਹੀਂ ਹਾਂ ਖਾਲੀ ਪਿਆ ਕੋਈ ਰੌਣਕ ਨਹੀਂ ਕੋਈ ਕੁਛ ਨਹੀਂ ਇੱਥੇ ਵੈਸੇ ਆਉਣ ਦਾ ਸਾਡਾ ਜਿਹੜਾ ਕਾਰਨ ਸੀਗਾ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਕੱਲ੍ਹ ਦੱਸਿਆ ਹੀ ਜ਼ਿਆਦਾ ਨਾ ਵੀ ਕਿਰਾਨ ਵੈਲੀ ਤੋਂ ਘਰ 600 ਕਿਲੋਮੀਟਰ ਸੀਗਾ ਅਤੇ ਤਾਂ ਕਰਕੇ ਮੇਨ ਹਾਈਵੇ ਤੋਂ ਸਿਰਫ 20 ਕੁ ਕਿਲੋਮੀਟਰ ਹੀ ਸੀਗਾ ਇੱਧਰ ਨੂੰ ਚੜ੍ਹਾਈ 'ਤੇ ਇਸ ਕਰਕੇ ਇੱਥੇ ਆ ਗਈ ਨਹੀਂ ਤਾਂ ਇੱਥੇ ਆਉਣ ਦਾ ਸਾਡਾ ਕੋਈ ਇਰਾਦਾ ਨਹੀਂ ਸੀ ਹੋ ਬਸ ਜੇ ਥੋੜ੍ਹਾ ਜੇ ਮੰਨ ਲਓ ਜੇ ਅਸੀਂ ਕਿਰਾਨ ਵੈਲੀ ਤੋਂ ਥੋੜ੍ਹਾ ਜਲਦੀ ਵੀ ਨਿਕਲਦੇ ਨਾ ਅਸੀਂ ਐਕਚੁਲੀ ਨਿਕਲੇ ਉੱਥੋਂ 1 ਵਜੇ ਸਾਰਾ ਕੁਝ ਦੇਖ ਦੂਖ ਕੇ ਜੇ ਅਸੀਂ ਉੱਥੋਂ 9 ਵਜੇ ਜਾਂ 8 ਵਜੇ ਨਿਕਲੋਂਗੇ ਫਿਰ ਭਾਵੇਂ ਅਸੀਂ ਘਰ ਲਾ ਦਿੰਦੇ ਗੱਡੀ ਕੀ ਪਤਾ ਪਰ ਚਲੋ ਉਹ ਦੇਖਣਾ ਵੀ ਜ਼ਰੂਰੀ ਸੀਗਾ ਤਾਂ ਹੀ ਲੇਟ ਆਏ ਹਾਂ ਉੱਥੋਂ ਅਸੀਂ ਕਿਉਂਕਿ ਉੱਧਰ ਰੌਣਕ ਮੇਲਾ ਜਾਂ ਹੁੰਦਾ ਹੀ 11 ਵਜੇ ਤੋਂ ਬਾਅਦ ਸ਼ੁਰੂ ਆ ਓਕੇ ਅਤੇ ਹੋਟਲ ਦੀ ਥੋੜ੍ਹੀ ਤਾਰੀਫ ਕਰਾਂ ਹੋਟਲ ਦਾ ਨਾਮ ਹੈਗਾ ਹੋਲੀਡੇ ਇਨ ਉਹ ਇੰਟਰਨੈਸ਼ਨਲ ਆ ਇਹ ਹੋਟਲ ਇੰਟਰਨੈਸ਼ਨਲ ਹੈ ਇਹ ਹੋਟਲ ਇੰਟਰਨੈਸ਼ਨਲ ਇੰਟਰਨੈਸ਼ਨਲ ਆ 3 ਸਟਾਰ ਆ ਪਰ ਮੈਂ ਕਹਿੰਦਾ ਜਿਹੜੇ ਮਨਾਲੀ 'ਚ ਲੋਕਲ ਹੋਟਲ ਹੁੰਦੇ ਨੇ ਨਾ ਮਨਾਲੀ 'ਚ ਜਾਂ ਸਾਨੂੰ ਜਿਹੜਾ ਪਹਿਲਗਾਮ ਮਿਲਿਆ ਸੀ ਗੁਲਮਰਗ 'ਚ ਮਿਲਿਆ ਸੀ ਉਹਦੇ ਨਾਲ ਤਾਂ ਕਿਤੇ ਬੇਕਾਰ ਆ ਇਹ ਉਹ ਤਾਂ ਫਿਰ ਵੀ ਬਹੁਤ ਸੋਹਣੇ ਸੀ ਬਹੁਤ ਸੋਹਣੇ ਕਮਰੇ ਸੀ ਤਾਂ ਬਹੁਤ ਜਾਲੀ ਉੱਤੋਂ ਰੇਟ ਇੰਨਾ ਜ਼ਿਆਦਾ ਚਲੋ ਮਜਬੂਰੀ 'ਚ ਲੈਣਾ ਪੈ ਗਿਆ ਕਿਉਂਕਿ ਹੋਰ ਕਿਤੇ ਬੰਦ ਹੀ ਹੋ ਗਏ ਸੀ ਲਗਭਗ ਸਾਰੇ ਜਾਂ ਇਦੋਂ ਵੀ ਮਹਿੰਗੇ ਸੀਗੇ ਜੇ ਕੋਈ ਸਸਤਾ ਸੀ ਤਾਂ ਬਹੁਤ ਘਟੀਆ ਸੀ ਇਹ ਵੀ ਘਟੀਆ ਹੀ ਹੈ ਵੈਸੇ ਬੜਾ ਹੈ ਨਹੀਂ ਠੀਕ ਠਾਕ ਜਿਹਾ ਹੀ ਆ ਓਕੇ ਫਿਲਹਾਲ ਤਾਂ ਮੈਂ ਤਿਆਰ ਤਾਂ ਹੋ ਗਿਆ ਬਸ ਉੱਤੇ ਜੈਕਟ ਹੀ ਪਾਉਣੀ ਆ ਇਕੱਲੀ ਉਹ ਵੀ ਤਿਆਰ ਹੋ ਗਿਆ ਦੇਖਦੇ ਹਾਂ ਅਤੇ ਕੀ ਹਿਸਾਬ ਆ ਰੋਟੀ ਰੋਟੀ ਖਾ ਕੇ ਫਿਰ ਇੱਥੋਂ ਸਿੱਧਾ ਰਵਾਨਾ ਘਰ ਨੂੰ 300 ਕਿਲੋਮੀਟਰ ਆ ਹਲੇ ਘਰ ਇੱਥੋਂ ਸ਼ਾਮ ਪੈ ਹੀ ਜਾਣੀ ਆ ਓਕੇ ਚਲੋ ਪਟਨੀ ਟੋਪ ਦੇਖੀਏ ਪਟਨੀ ਟੋਪ ਇੱਥੇ ਪੁੱਛੀ ਪਹਿਲਾਂ ਇੱਥੇ ਕਿਸੇ ਨੂੰ ਵੀ ਇੱਥੇ ਹੈ ਕੀ ਆ ਉਹ ਵਾਹ ਬੜਾ ਬਿਊਟੀਫੁਲ ਸੀਨ
ਯਾਰ ਇੱਥੇ ਦੇਖਣ ਵਾਲਾ ਕੀ ਆ, ਇੱਥੇ ਸਪੈਸ਼ਲ ਕੀ ਆ, ਇੱਥੇ ਦੇਖਣ ਵਾਲਾ ਕੀ ਆ? ਸਪੈਸ਼ਲ ਦੇਖਣ ਵਾਲਾ ਇੱਥੇ ਪਾਰਕ ਵਿੱਚ ਚਲੇ ਜਾਓ। ਪਾਰਕ ਆ ਬਸ? ਪਾਰਕ ਤੋਂ ਉੱਪਰ ਫਿਰ ਪਹਾੜ 'ਤੇ ਜਾਣਾ ਪੜੇਗਾ, ਟ੍ਰੈਕਿੰਗ ਪਹਾੜ 'ਤੇ। ਵਿਊ ਵਗੈਰਾ ਮਸਤ ਹੈ। ਕਿਤਨੀ ਦੂਰ ਹੈ? ਥੋੜਾ ਇੱਕ 5-6 ਕਿਲੋਮੀਟਰ। ਪਹੁੰਚ ਜੈਸੇ ਜਾਓਗੇ ਪਾਰਕ ਹੀ ਪਾਰਕ ਆਏਗੇ ਬਸ, ਬੱਚੋਂ ਵਾਲੇ। ਹੋਰ ਕੁਝ ਨਹੀਂ। ਯਹਾਂ ਸੇ ਜੋ ਆਏ ਘੁੰਮਨੇ ਮੇਨ ਯਹਾਂ ਸੇ ਉੱਪਰ ਚਲੋ। ਉਹ ਟ੍ਰੈਕਿੰਗ ਹੀ ਹੈ। ਟ੍ਰੈਕਿੰਗ ਹੈ ਬਸ। ਓਕੇ ਓਕੇ ਠੀਕ ਹੈ, ਸ਼ੁਕਰੀਆ। ਪਾਰਕ ਹੀ ਨੇ ਬਸ ਇੱਥੇ, ਪਾਰਕ ਜਿਵੇਂ ਰਾਤ ਵੀ ਸਾਨੂੰ ਉਹਨੇ ਕਿਹਾ ਹੀ ਸੀ, ਕਹਿੰਦਾ ਪਾਰਕ ਹੀ ਨੇ ਉਰੇ, ਹੋਰ ਤਾਂ ਕੁਛ ਹੈ ਹੀ ਨਹੀਂ। ਕੀ ਕੀਤਾ ਜਾਵੇ ਫਿਰ? 5 ਕਿਲੋਮੀਟਰ ਟ੍ਰੈਕਿੰਗ 'ਤੇ ਜਾ ਕੇ ਅਤੇ ਉੱਥੇ ਤੁਹਾਨੂੰ ਵਿਊ ਮਿਲੂਗਾ, ਡੈਟ ਸੈਟ। ਜੇ ਵਿਊ ਹੀ ਦੇਖਣੇ ਮੰਮਾ ਉਹਨਾਂ ਨੂੰ ਵਧੀਆ, ਤਾਂ ਅਸੀਂ ਪਤਾ ਨਹੀਂ ਕਿੱਥੇ ਕਿੱਥੇ ਦੇਖ ਰਹੇ ਯਾਰ। ਆਹ ਸੋਹਣਾ ਬਣਿਆ ਹੋਇਆ, ਜਿਵੇਂ ਆਹ ਦੇ, ਆਹ ਵੀ ਰਹਿਣ ਨੂੰ ਹੋਣੇ ਆ ਜਗ੍ਹਾ। ਆਹ ਕਿੰਨੀਆਂ ਘੈਂਟ ਘੈਂਟ ਆ ਇਹ। ਜੇ ਅਸੀਂ ਕੱਲ੍ਹ ਸ਼ਾਮ ਕੁ ਤੱਕ ਪਹੁੰਚ ਜਾਣਾ, ਮਤਲਬ ਚਾਨਣ ਚਾਨਣ 'ਚ, ਫਿਰ ਭਾਵੇਂ ਅਸੀਂ ਥੋੜ੍ਹਾ ਵਧੀਆ ਜਗ੍ਹਾ 'ਤੇ ਲੈ ਲੈਂਦੇ, ਜਿੱਦਾਂ ਇੱਦਾਂ ਦੇਖ ਕੇ ਕੁਛ। ਹੁਣ ਆਈ ਹਨੇਰੇ, ਇੱਕ ਤਾਂ ਰੌਣਕ ਹੀ ਜਮ੍ਹਾਂ ਹੀ। 9:30 ਅਸੀਂ, ਹਾਂ 9:30 ਅਸੀਂ ਪਟਨੀਟੋਪ 'ਚ ਐਂਟਰ ਕਰ ਗਏ ਸੀ, ਪਰ ਸਾਨੂੰ ਅੱਧਾ ਘੰਟਾ ਲੱਗਿਆ ਸਾਨੂੰ ਹੋਟਲ ਲੱਭਣ 'ਚ। ਪਰ ਜਿੱਦਾਂ ਨਾ ਜਮ੍ਹਾਂ ਹੀ ਸੁੰਨਾ ਹੋ ਗਿਆ, ਕੋਈ ਨਹੀਂ ਇੱਥੇ, ਕੋਈ ਇੱਕ ਗੱਡੀ, ਇੱਕ ਅੱਧੀ ਗੱਡੀ ਦਿੰਦੀ ਸੀ, ਕੁਛ ਨਹੀਂ ਹੈਗਾ ਉਹ, ਮਤਲਬ ਖਾਲੀ ਪਿਆ ਸੀ ਜਮ੍ਹਾਂ ਹੀ, ਰੌਣਕ ਜ਼ੀਰੋ। ਜਿਵੇਂ ਗੁਲਮਰਗ ਦੇ ਵਿੱਚ ਸੀਗੀ ਰੌਣਕ, ਉਨੀ ਕੀ ਸੀਗੀ, ਉਹਨਾਂ ਨਾਲੋਂ ਵੀ ਘੱਟ ਸੀਗੀ। ਉਹਨਾਂ ਨਾਲੋਂ ਘੱਟ ਤਾਂ ਕਰਕੇ ਮੈਂ ਕਹਿ ਰਿਹਾ, ਆਹਦੀ ਕਿੱਡਾ ਵਧੀਆ ਬਣਿਆ। RCF ਦੇ ਨੇ ਆਪਣੇ ਰੇਲਵੇ ਦੇ, ਜੇ ਕਿਸੇ ਰੇਲਵੇ ਵਾਲਾ ਨੇ ਲੈਣਾ ਹੋਵੇ ਬੁਕਿੰਗ ਸਿੱਧੀ, ਪਰ ਹੁੰਦੀ ਆਪਣੇ ਉੱਥੋਂ ਹੀ ਆ। ਅਤੇ ਮਤਲਬ ਗੁਲਮਰਗ 'ਚ ਲੋਕ ਫਿਰ ਵੀ ਸੀਗੇ, ਲਾਹੇ ਲੋਕਲ ਹੀ ਸੀਗੇ, ਇੱਥੇ ਲੋਕਲ ਵੀ ਕੋਈ ਨਾ ਦਿਖੇ। 9:30 ਸੁੰਨ ਹੋ ਗਿਆ ਇੱਥੇ, 9:30-10 ਲੋਕਲ ਵੀ ਉੜ ਗਏ। ਮੋਟਰਸਾਈਕਲ ਦੀਆਂ ਚੈਨ ਦੀਆਂ ਚੈਨ 'ਚ ਆਵਾਜ਼ਾਂ ਪਤਾ ਨਹੀਂ ਕਿੱਦਾਂ ਦੀਆਂ ਆਈ ਜਾਂਦੀਆਂ, ਚੈਨ ਬਹੁਤ ਢਿੱਲੀ ਹੋ ਗਈ। ਹੁਣ ਇਹਦੇ 2 ਕੰਮ ਖੜ ਗਏ, ਇੱਕ ਤਾਂ ਟਾਇਰ ਪਾਉਣ ਵਾਲਾ ਹੋ ਗਿਆ ਪਿਛਲਾ, ਅਤੇ ਇੱਕ ਚੈਨ ਸੈੱਟ ਪਾਉਣ ਵਾਲਾ ਹੋ ਗਿਆ, ਬਾਕੀ ਓਕੇ ਆ। ਚੱਲ ਬਈ, ਕੰਨਿਆਕੁਮਾਰੀ ਸ਼੍ਰੀਨਗਰ ਹਾਈਵੇ ਇੱਥੋਂ 20 ਕਿਲੋਮੀਟਰ ਅੱਗੇ ਮਨਾਲੀ ਦਾ, ਆਪਣੇ ਘਰੋਂ ਮਨਾਲੀ ਦਾ ਅਤੇ ਪਟਨੀਟੋਪ ਦਾ ਜਿਹੜਾ ਡਿਸਟੈਂਸ ਸੇਮ ਆ, ਸੇਮ ਨਹੀਂ ਇਹ ਘੱਟ ਹੈ ਥੋੜ੍ਹਾ ਜਿਹਾ, ਪਟਨੀਟੋਪ ਥੋੜ੍ਹਾ ਘੱਟ ਹੈ, ਮਨਾਲੀ ਥੋੜ੍ਹਾ 370-65 ਪੈ ਜਾਂਦਾ, ਇਹ ਪੂਰਾ 300 ਕਿਲੋਮੀਟਰ ਪੈਂਦਾ ਹੈ। ਅਤੇ ਪਰ ਮਨਾਲੀ ਵਾਲਾ ਉਹ ਗੱਲਬਾਤ ਅੱਡ ਹੈ ਯਾਰ ਥੋੜ੍ਹੀ ਜਿਹੀ, ਉੱਥੇ ਤੁਹਾਨੂੰ ਜਾਣੀ ਹੋਰ ਰਾਹ ਅੱਗੇ ਨਿਕਲ ਜੂਗਾ, ਬਹੁਤ ਕੁਛ ਆ ਉੱਥੇ, ਜਿੱਧਰ ਨੂੰ ਮਰਜ਼ੀ ਚੱਲ ਜਾਓ, ਇੱਧਰ ਹੈ ਹੀ ਕੁਛ ਨਹੀਂ, ਸਿਰਫ ਆਹੀ ਆ, ਇੱਥੋਂ ਆਓ ਅਤੇ ਇੱਥੇ ਹੀ ਵਾਪਸ ਚਲ ਜਾਓ। ਇੱਧਰ ਯਾਰ ਹਾਲੇ ਤੱਕ ਮਰੂਤੀਆਂ ਲਈ ਫਿਰਦੇ ਨੇ, ਆਪਣੇ ਉੱਧਰ ਚੱਲਣ ਨਹੀਂ ਦਿੰਦੇ। ਰਾਤ ਆੜੇ ਟੋਏ ਦੇਖ ਰਹੇ ਹੋ, ਆਹ ਟੋਆ, ਅੱਜ ਸੜਕ ਇੰਨੀ ਖਰਾਬ, ਲਾਈਟਾਂ ਚਲੋ ਠੀਕ ਹੈ, ਬਹੁਤ ਕੰਮ ਕਰਦੀਆਂ ਨੇ ਇਹ ਬਹੁਤ, ਪਰ ਜਦੋਂ ਇੱਦਾਂ ਰੋਡ ਆ ਜਾਂਦੀ ਆ ਨਾ ਥੋੜ੍ਹੀ ਗੋਲ ਜੇ, ਤਾਂ ਐਂ ਕਰਕੇ ਉੱਥੇ ਤਾਂ ਲਾਈਟ ਕੀ ਪੈਣੀ ਆ, ਚਾਹੇ ਜਿਹੜੀ ਮਰਜ਼ੀ ਲਾਈਟ ਹੋਵੇ। ਫਿਰ ਇੱਕੋ ਦਮ ਹੀ ਟੋਆ ਆਉਂਦਾ ਸੀ, ਬੈਠਾ ਵੱਜਦਾ ਸੀ ਮੋਟਰਸਾਈਕਲ ਵਿੱਚ ਬੜੀ ਜ਼ੋਰ ਨਾਲ, ਉਹਦੇ ਤਾਂ ਲੱਕ ਨੂੰ ਝਟਕਾ ਪੈ ਗਿਆ ਇੱਕ ਥਾਂ 'ਤੇ, ਕਿਉਂਕਿ ਰੋਡ ਥੋੜ੍ਹੀ ਐਂ ਸੀਗੀ, ਜਦੋਂ ਐਂ ਉੱਤਰੇ ਨਾਲ ਹੀ ਟੋਆ ਠੱਪ ਵੱਜਿਆ। ਇੱਕ ਵਾਰ ਤਾਂ ਵੀ ਬਹੁਤ ਜ਼ੋਰ ਨਾਲ ਲੱਗਿਆ, ਮੂਹਰਿਓ ਵੀ ਪਿੱਛੋਂ ਵੀ, ਮੈਨੂੰ ਐਂ ਸੀ ਲੈ ਵੀ ਟੋਪ ਬੋਕਸ ਗਿਆ, ਇਹ ਟੁੱਟੂ ਫਰੇਮ ਪਿਛਲਾ, ਪਰ ਵਿਚਾਰ ਆ ਉਹ ਮਜ਼ਬੂਤ ਬਹੁਤ ਆ, ਇੱਕ ਵਾਰ ਚੇਂਜ ਜ਼ਰੂਰ ਕਰਾਇਆ, ਉਹ ਪਤਾ ਨਹੀਂ ਕਿੱਥੋਂ ਤੜਕ ਗਿਆ, ਉਹ ਕਿਵੇਂ ਤੜਕ ਗਿਆ, ਟੁੱਟਿਆ ਨਹੀਂ ਸੀ ਤੜਕ ਗਿਆ ਸੀ, ਫਿਰ ਵੀ ਭਾਰ ਚੱਕੀ ਫਿਰਦਾ ਸੀ ਉਹ। ਬਈ ਇੱਕ ਮੈਂ ਗੱਲ ਦੱਸਦਾ, ਬਹੁਤ ਜਗ੍ਹਾ ਇੱਦਾਂ ਦੀਆਂ ਹੁੰਦੀਆਂ ਨੇ ਜਿੱਥੇ ਨਾ ਅਸੀਂ ਕੈਮਰਾ ਨਹੀਂ ਔਨ ਕਰ ਸਕਦੇ, ਜਿੱਥੇ ਕੈਮਰਾ ਅਲਾਊਡ ਹੀ ਨਹੀਂ ਜਮ੍ਹਾਂ ਹੀ। ਕਈ ਵਾਰ ਤਾਂ, ਇੱਕ ਵਾਰ ਤਾਂ ਮੈਨੂੰ ਕੈਮਰਾ ਲਾਉਣਾ ਪਿਆ ਸੀ ਹੈਲਮਟ ਤੋਂ ਵੀ, ਕਹਿੰਦੇ ਜੇ ਤੁਹਾਡੇ ਬੰਦ ਵੀ ਹੈ ਨਾ ਤੁਹਾਨੂੰ ਤਾਂ ਵੀ ਲਾਉਣਾ ਪੈਣਾ। ਮਤਲਬ ਕੁਛ ਕੁ ਜਗ੍ਹਾ ਇੱਦਾਂ ਦੀ ਆਏ ਸੀ ਉਹ, ਮਤਲਬ ਕੋਈ ਉਹ ਸੀਗੇ ਜ਼ਿਆਦਾਤਰ ਚੈੱਕ ਪੋਸਟਾਂ 'ਤੇ, ਇੱਕ ਬਹੁਤ ਹੀ ਵੱਡੀ ਚੈੱਕ ਪੋਸਟ ਸੀਗੀ ਜਿੱਥੇ ਅਸੀਂ 15 ਮਿੰਟ ਖੜ੍ਹੇ ਰਹੇ ਹਾਂ, ਤੁਰ ਕੇ ਗਏ, ਤੁਰ ਕੇ ਆਏ, ਮੋਟਰਸਾਈਕਲ ਪਿੱਛੇ ਲਵਾਏ, ਨਹੀਂ ਤਾਂ ਹਰ ਚੈੱਕ ਪੋਸਟ 'ਤੇ ਉੱਥੇ ਮੋਟਰਸਾਈਕਲ, ਉੱਥੇ ਐਂਟਰੀ ਕਰਾਓ ਅਤੇ ਲੰਘ ਜਾਓ, ਆਪਣਾ ਜਿਹੜੇ ਜ਼ੇਰੋਕਸ ਕਢਾਏ ਸੀ ਇੱਕ ਇੱਕ ਪੇਜ ਉੱਥੇ ਦਿੰਦੇ ਜਾਓ ਅਤੇ ਆਪਣਾ ਅੱਗੇ ਜਾਂਦੇ ਜਾਓ। ਸਿਰਫ ਇੱਕ ਚੈੱਕ ਪੋਸਟ ਆਏ ਸੀ ਇੱਥੇ, ਮੋਟਰਸਾਈਕਲ 100 ਮੀਟਰ ਪਿੱਛੇ ਲਵਾਏ,
मैं तुर के अगे गया चैकिंग मतलब कि एंट्री उंट्री कराई सारा कुछ ए टू जैड जो भी उन्होंने कार्रवाई करनी सी करके फिर आके फिर मोटरसाइकिल लेके गए हाँ। तो उस जगह पर ना उस जगह तो मतलब 200 मीटर के अंदर अंदर एक बहुत ही वड्डा बेस कैंप सीगा जिथे तुसीं कैमरा थोनू मतलब कि लाउणा पैंदा सी। असी घट्टो घट्ट आउण जाण वेले जे टोटल बेस कैंप देखिए जिथे चैकिंग कराई है 20-25 होणगे 20-25 ते एंट्री वाले 7-8 सीगे जिथे एंट्री करवाउणी हुंदी आ। जदों असी बॉर्डर क्रॉस कीता इंडिया का उत्थे मोटरसाइकिल साढ़े तो 200 मीटर पिछे लवाते पार्किंग दे विच उत्थे पार्किंग मतलब प्रॉपर पार्किंग नहीं हैगी एक खुला जिहा मैदान आ छोटा जिहा ते उत्थे मोटरसाइकिल लवाए उत्थे असी बैग चक के लैके गए अपने भारी भारी ए हंब गए जानी एक तो चढ़ाई चढ़ी बैग समान चक के इत्थे हंब गए असी उत्थे साडी इन्नी पूरी चैकिंग हुई साढ़े बैग फरोले टॉप बॉक्स फरोले ते सीगे भी सारे सरदार सारे मुंडे सरदार बॉर्डर तो 30 किलोमीटर पहला बाकी जिन्हें आम बंदे बॉर्डर के नेड़े तेड़े सारे सरदार जिन्हें मिलट्री च सारे पंजाबी कोई एक अद्धा होगा अपने पंजाब तो बाहरला बाकी सार पंजाब के सारे पंजाबी गल बड़ा खुल के बोले बड़ी खुल के गलबात करते हैं हसते ने अलग गलां बातें जिमें आम आप लोकल आपस करते होंने आप है ना तेरी वो तेरी ओए होए होए गड्ढे हंप ने ते एक सानू बंदा मिले कैंप ते मैनू कहिंदा पहला कहिंदा पहला बड़ा रोब जिहा ना बोलिया कैमरा तो नहीं चलता कहिंदा मैं कहा नहीं फिर ठंडा हो गया फिर नॉर्मल अपने को हस हस मुक जा और कहिंदा इधर किधरला प्लेन बना मैं हस के बोलिया कहिंदा इधर किधरला प्लेन बना लिया कहिंदा इधर तो कोई आउंदा ही नहीं कहिंदा खास करता कहिंदा अपने पंजाब च तो कोई आउंदा ही नहीं कहिंदा बहुत घट लोग आउंदे ने मैं कहा यार बस इदा ही कितने देखा सी बारे सुनिया असी आ गए कहता क्या बात है बड़ा खुश है कहता होर सुना जो चाइना काम करी गया आपका चैकिंग चुकिंग जी करी गया चल पहले तेल पवा लीए यार वो तो चलता ही नहीं तो चलता ही नहीं ना काम करी गया एंट्री करी गया नाम लिखी गया एड्रैस पुछी गया ना कही गया होर सो कहना की सेवा करिए चाह चू पिलाईए सारे सरदारों जिन्ना भी वो कैंप से ना सारा वो सारा पंजाबियों सरदार मुंडिया का तो कोई मत जानी वो मुंडा तो रोपड़ का सी कोई गुरदासपुर का कोई अंबरसर का कपूरथले के दो तीन मिले जिन्हें कपूरथले ट्रेनिंग से मतलब रहने वाले कपूरथले से नहीं सी कपूरथले अपने कैंट आ ना उतों के ट्रेनिंग वाले मुंडे भी सके वो भी मिले क्या बात है कहते बड़ी दूरों आ गए तुम मोटरसाइकिल से बहुत ही जगह इदा के मिले एक लास्ट के बॉडर से एक मुंडा जिते जिन्हें चैकिंग की मुंडा बठिंडे का सी कह लो बॉडर क्रॉस किया बॉडर क्रॉस करके 50 मीटर से कहना तुम अपना कैमरा कूमरा जो भी हैगा ऑन कर सकते हो कहना जो ड्रोन हैगा थोड़े को ड्रोन तुम जमा नहीं लैके जाना थोड़े कोई वाइन वूइन हैगी है लिकर वगैरह वो अलाउड नहीं हैगी उदा रीज़न कुछ होर आ मैं दस नहीं सकता मतलब बड़ा वधिया लग्या आने लगे सिर्फ दो जगह पर चैकिंग कराई बाकी अगले हाथ मार दें होर जी ठीक हो जाए हाँ जी जाए वाह ठीक आ बड़ा मज़ा आया यार। जे कोई नॉन वेज का शौकीन है ना नॉन वेज का जो कोई शौकीन इधर आके वो खाओ जो अपने पंजाब नहीं मिलता वो हम थोड़ा पता ही है जो शौकीन है नॉन वेज का जो सुनता पे उन्होंने समझ लग गई होनी मैं गल की कर रहा क्योंकि जो मैं नाम लूँगा किसी को वो चीज़ नहीं सही लगेगी। मैं भी गूगल महाराज देख लो सानू किधर लियाए सब हादसा ही आ गया बेता दस रोड दी दिखाई भी हाँ तुम मेन रोड से चढ़ जाओ
ਜਿੱਥੋਂ ਰੋਡ ਆੜ ਹੀ ਸ਼ੁਰੂ ਹੁੰਦੀ ਹੈ ਲੈ ਕਿੱਧਰੋਂ ਵਾੜਤਾ ਯਾਰ ਕੀ ਯਾਰ ਕੀ ਯਾਰ ਆਦੇ ਆਹ ਰੋਡ ਲੈ ਦੱਸ ਹੱਦ ਹੋ ਗਈ ਜੋ ਤਾਂ ਕਮਾਲ ਹੋ ਗਿਆ ਬੇਵਕੂਫ ਜਮਾ ਹੀ ਬੇਵਕਤੇ ਕਿਤੇ ਨਾ ਬੇਅਕਲ ਹੋ ਜਾਂਦਾ ਹੈ ਕਿਤੇ ਕਿਤੇ ਤਾਂ ਯਾਰ ਹੁਣ ਮੈਂ ਕੀ ਕਹਾਂ ਛੱਡੋ ਯਾਰ ਮੈਂ ਕਿਸੇ ਦਾ ਨਾਂ ਲੈਣ ਲੱਗਿਆ ਸੀ ਸਭ ਹੈ ਗਿਆ ਅਰੇ ਉਹਦੇ ਕਿੱਥੇ ਸਾਰਾ ਹਾਸਾ ਤੋਂ ਬੁਰਾ ਹਾਲ ਹੋ ਗਿਆ ਮੈਂ ਸਿਰਫ ਆਹ ਦਿਖਾਈ ਜਾਂਦਾ ਅੱਗੇ ਮੁੜਦਾ ਮੈਡਮ ਉਸ ਅੱਗੇ ਚੱਲਿਆ ਅੱਗੇ ਥੱਲੇ ਨੂੰ ਹਾਂ ਯਾਰ ਕਿਆ ਬਾਤ ਹੈ ਕਿਆ ਕੈਪਚਰ ਹੋਇਆ ਯਾਰ ਕਿੰਨਾ ਘੈਂਟ ਵਾਹ ਕਿਆ ਸੀਨ ਕੈਪਚਰ ਹੋਇਆ ਵਾਹ